ਮੈਂ ਇੱਕ ਚੀਜ਼ ਸ਼ੇਅਰ ਕਰਨਾ ਚਾਹਣਾ ਹੈ ਇਹ 100 ਡਾਇਲਿਸਿਸ 100 ਮਸ਼ੀਨਾਂ ਲਾਜਾਂ ਡਾਇਲਿਸਿਸ ਸੈਂਟਰ ਤੇ ਅਸੀਂ ਦਿੱਲੀ ਨੇ ਦਿੱਲੀ ਕਮੇਟੀ ਨੇ ਇੱਕ ਸਿਟੀ ਸਕੈਨ 50 ਰੁਪਏ ਚ ਸਾਡੇ ਇੰਗਲੈਂਡ ਦੇ 50 ਪੈਸੇ ਆ ਦੋਸਤੋ 50 ਪੈਸੇ ਚ ਦਿੱਲੀ ਕਮੇਟੀ ਸਿਟੀ ਸਕੈਨ ਕਰ ਰਹੀ ਹੈ ਐਮ ਆਰ ਆਈ 50 ਰੁਪਏ ਚ ਕਰ ਰਹੀ ਹੈ ਤੇ ਜੇ ਪ੍ਰਾਈਵੇਟ ਕਰਾਉਣੀ ਹੋਵੇ 10000 ਅਰਦਾਸ ਕਰੂੰਗਾ ਸਰਸਾ ਜੀ ਤੁਹਾਡੀ ਸਾਰੀ ਟੀਮ ਅਕਾਲਪੁਰ ਗੁਰੂ ਹਰਕਿਸ਼ਿੰਦਰ ਤੇ ਆਇਆ ਜਿੱਥੇ ਸਭ ਦਿਖ ਜਾਏ ਤੁਸੀਂ ਗੁਰੂ ਸਾਹਿਬ ਦੇ ਪੂਰਨਿਆਂ ਤੇ ਚੱਲ ਰਹੇ ਹੋ ਪਹਿਲੀ ਕਮੇਟੀ ਹੈ ਜਦੋਂ ਦਾ ਮੈਂ ਜੀਵਨ ਆਪ ਦਾ ਸੰਭਲਿਆ ਮੈਂ ਦੇਖਿਆ ਵੀ ਪਹਿਲੀ ਕਮੇਟੀ ਨੇ ਮੈਡੀਸਨ ਦੇ ਲੰਗਰ ਲਾਏ ਆ ਬਹੁਤ ਧੰਨਵਾਦ ਸਰਸਾ ਜੀ ਤੁਹਾਡੀ ਟੀਮ ਦਾ ਤੇ ਮੈਂ ਸਾਰੀ ਸਿੱਖ ਕੌਮ ਨੂੰ ਕਹਿੰਨਾ ਇਹ ਜੇ ਲੋਕਾਂ ਦੀ ਮਦਦ ਕਰਿਆ ਕਰੋ ਜਿਨ੍ਹਾਂ ਨੇ ਇੱਕ ਇਤਿਹਾਸ ਲਿਖ ਦਿੱਤਾ ਇੰਗਲਿਸ਼ ਮੈਨ ਨੇ ਸਟਾਪ ਕਰਕੇ ਪੁੱਛਿਆ ਕਹਿੰਦਾ ਤੁਸੀਂ ਸਿੱਖ ਕੌਮ ਨੇ ਵਰਲਡ ਦਾ బిਗੇਸਟ ਡਾਇਲਿਸਿਸ ਸੈਂਟਰ ਖੋਲ੍ਹ ਦਿੱਤਾ ਦਿੱਲੀ ਦੇ ਵਿੱਚ ਐਂਡ ਫ੍ਰੀ ਆਫ ਕਾਸਟ ਕਿਤੇ ਨਹੀਂ ਦੁਨੀਆ 'ਚ ਫਰਸਟ ਥਿੰਗ బిਗੇਸਟ ਇਨ ਦਾ ਵਰਲਡ ਸੈਕੰਡ ਥਿੰਗ ਵਰਲਡ ਦੇ ਵਿੱਚ ਕਿਤੇ ਨਹੀਂ ਸਿਰਫ ਦਿੱਲੀ ਦੇ ਵਿੱਚ ਹੈ ਗੁਰੂ ਹਰਕ੍ਰਿਸ਼ਨ ਜੀ ਤੇ ਆਈਆਂ ਡੇਟੀਆਂ ਸਭ ਦਿਖ ਜਾਏ ਬਿੰਦਰ ਸਰਸਾ ਜੀ ਵੀ ਜੀ ਮੈਂ ਤੁਹਾਡੀ ਟੀਮ ਨੂੰ ਹਮੇਸ਼ਾ ਹੀ ਸਪੋਰਟ ਕਰਦਾ ਰਹੂੰਗਾ ਦਿੱਲੀ ਕੀ ਮੀ ਟੀਮ ਨੂੰ ਸਪੋਰਟ ਕਰਦਾ ਰਹੂੰਗਾ ਤੁਸੀਂ ਇੱਕ ਸਾਡਾ ਸਿਕਾਉਂ ਦਾ ਨਾਮ ਬਹੁਤ ਬਲੰਦਗਾ ਤੇ ਲੱਗੇ ਕਿਸੇ ਪਹਿਲਾਂ ਕਦੇ ਨਹੀਂ ਗਿਆ ਸੀਗਾ ਬਹੁਤ ਧੰਨਵਾਦ ਕਰਦਾ ਹਾਂ ਤੇ ਕਾਲਪੁਰਖ ਅਗੇ ਇਹੀ ਅਰਦਾਸ ਕਰਦਾ ਰਹੂੰਗਾ ਵੀ ਵਾਹਿਗੁਰੂ ਤੁਹਾਡੇ ਅੰਗ ਸੰਗ ਰਵੇ ਤੇ ਤੁਸੀਂ ਮਨੁੱਖਤਾ ਦੀ ਸੇਵਾ ਜਿੱਥੇ ਪ੍ਰਸ਼ਾਦੇ ਪਾਣੀ ਦੀ ਸੇਵਾ ਦਵਾਈ ਦੀ ਸੇਵਾ ਬਰਾਬਰ ਜਲਦੀ ਰਵੇ ਤੇ ਮੈਂ ਕੁਝ ਸਿੱਖਣ ਨੂੰ ਮਿਲੂ ਮੈਨੂੰ ਵੀ ਤੁਹਾਡੇ ਤੋਂ ਮੈਂ ਲੁਕਿੰਗ ਫਾਰਵਰਡ ਹੈ ਜਿੱਦਨ ਮੈਂ ਹੁਣ ਇੰਗਲੈਂਡ ਤੋਂ ਆਣਾ ਹੈ ਮੈਂ ਵੀ ਸੈਂਟਰ ਦੇਖਣਾ ਮੇਰੇ ਡਾਕਟਰ ਪੰਜਾਬ ਤੋਂ ਦੇਖਣਾ ਹੈ ਤੇ ਉਹਨਾਂ ਨੇ ਪੂਰਾ ਰੌਲਾ ਪਾ ਦਿੱਤਾ ਮੈਂ ਸਾਰੇ ਪੈਨਪ੍ਰਾਵ ਨੂੰ ਕਹਿੰਨੇ ਮਨਿੰਦਰ ਸਰ ਸਾਡੀ ਰੀ ਵਾਦ ਤੋਂ ਬਾਅਦ ਸਪੋਰਟ ਕਰੋ ਸੱਚੇ ਆਨੈਸਟ ਇਦੇ ਚ 10 ਕੁਆਲਟੀ ਆਫ ਸੈਂਚ ਡੈਡੀਕੇਸ਼ਨ ਆਨੈਸਟੀ ਡਿਸਪਲਨ ਐਂਡ ਵਿਜ਼ਨ ਆ ਵਿਜ਼ਨ ਤੁਸੀਂ ਦੇਖ ਲਿਆ ਡਾਇਲਿਸਿਸ ਸੈਂਟਰ ਦਾ ਇਹ ਕਿਸੇ ਬੰਦੇ 'ਚ ਇੱਕ ਇੱਕ ਕੁਆਲਿਟੀ ਹੋਏਗੀ ਕਿਸੇ 'ਚ ਓਨੈਸਟੀ ਹੋਏਗੀ ਡਿਸਪਲਿਨ ਹੋਏਗਾ ਕਿਸੇ 'ਚ ਵਿਜਨ ਹੋਏਗਾ ਉਸੇ ਚੀਜ਼ ਦੀ ਇਹਦੇ 'ਚ ਕੋਈ ਲੈਕ ਨਹੀਂਗੀ ਅਸਲੂਟਲੀ ਯਰ ਸਾਰੀ ਟੀਮ ਨੂੰ ਮੈਂ ਬਾਕੀ ਵੀਰਾਂ ਦੇ ਨਾਂ ਨਹੀਂ ਜਾਣਦਾ ਬਹੁਤ ਧੰਨਵਾਦ ਕਰਦਾ ਹੈ ਅਕਾਲ ਫੁਰਕ ਤੁਹਾਡੇ ਅੰਗ ਸੰਗ ਰਹੇ ਬਹੁਤ ਬਹੁਤ ਧੰਨਵਾਦ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਦੀ ਫਤਿਹ